ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਗੀਤਾ ਸਖਸੈਨਾ ਪਹਿਲਾ ਪੇਸ਼ ਨੇ ਚੋਣਿਆ ਖਬਰਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪੈਂਡ ਸਖਸ਼ੇਤਾ ਨੂੰ ਪਦਮ ਪੁਰਸਕਾਰਾਂ ਨਾਲ ਨਵਾਜਿਆ ਅੰਮ੍ਰਿਤਸਰ ਦੇ ਡਾਕਟਰ ਪ੍ਰੋਫੈਸਰ ਹਰ ਮੋਹਿੰਦਰ ਸਿੰਘ 베ਦੀ ਪਦਮਸ਼ਰੀ ਨਾਲ ਸਨਮਾਨਿਤ ਰੱਖਿਆ ਮੰਤਰੀ ਰਾਜਨਤ ਸਿੰਘ ਅਨੁਸਾਰ 2014 ਮਗਰੋਂ ਰੱਖਿਆ ਖੇਤਰ ਵਿੱਚ ਕੁੱਲ 3343 ਕਰੋੜ ਰੁਪਏ ਦੀ ਸਿੱਧੀ ਵਿਦੇਸ਼ੀ ਪੂੰਜੀਕਾਰੀ ਹੋਈ ਹੈ। ਭਾਜਪਾ ਦੇ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ ਨੇ ਆਦਮਪੁਰ ਏਅਰਪੋਰਟ ਤੇ ਹਵਾਈ ਸੇਵਾਵਾਂ ਦੀ ਬਹਾਲੀ ਲਈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਲਿਖਿਆ ਖੱਤ। भारतीय रिजर्व बैंक वालों पाब मंडी मंडीकरण सीजन वास्ते चौवी हजार सात सौ तिहत्तर करोड़ ग्यारह लाख रुपए की नकद कर्जा हद मंजूर राष्ट्रपति रामनाथ कोविंद ने राष्ट्रपति भवन शाम हुए एक समागम दौरान साल दो हजार बई लदम पुरस्कार प्रदान किते ਰਾਸ਼ਟਰਪਤੀ ਨੇ ਪੈਣ ਸਖਸ਼ੇਤਾ ਨੂੰ ਤਿੰਨ ਵਰਗਾ ਵਿੱਚ ਪਦਮ ਵਿਭੂਸ਼ਣ, ਪਦਮ ਪੂਸ਼ਣ ਅਤੇ ਪਦਮ ਸ਼੍ਰੀ ਨਾਲ ਨਵਾਜਿਆ। ਪਦਮ ਵਿਭੂਸ਼ਣ ਪਾਉਣ ਵਾਲਿਆਂ ਵਿੱਚ ਸਾਸ਼ਟ੍ਰਿਕ ਗਾਇਕਾ ਡਾਕਟਰ ਪ੍ਰਵਾ ਅਤਰੇ ਅਤੇ ਸਿਆਸੀ ਆਗੂ ਕਲਿਆਣ ਸਿੰਘ ਸ਼ਾਮਲ ਨੇ। ਕਲਿਆਣ ਸਿੰਘ ਨੂੰ ਇਹ ਸਨਮਾਨ ਮਰਨ ਉਪਰੰਤ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਦਮ ਪੂਸ਼ਣ ਪਾਉਣ ਵਾਲਿਆਂ ਵਿੱਚ ਡਾਕਟਰ ਵਿਕਟਰ ਬੈਨਰਜੀ, ਲੇਖਕ ਡਾਕਟਰ ਪ੍ਰਤੀਬਰ ਰੇ ਅਤੇ ਅਚਾਰਿਆ ਵਿਸ਼ੇਸ਼ਟ त्रिपाठी ਸ਼ਾਮਲ ਨੇ। ਪੰਜਾਬ ਤੋਂ ਅੰਮ੍ਰਿਤਸਰ ਦੇ ਡਾਕਟਰ ਪ੍ਰੋਫੈਸਰ ਹਰਮੋਹਿੰਦਰ ਸਿੰਘ 베ਦੀ ਨੂੰ ਪਦਮਸ਼ਰੀ ਪੁਰਸਕਾਰ ਨਾਲ ਨਵਾਜਿਆ ਗਿਆ ਹੈ। ਉਨ੍ਹਾਂ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਦਿੱਤੇ ਗਏ ਵੱਡੇ ਮੋਲੇ ਯੋਗਦਾਨ ਲਈ ਪਦਮਸ਼ਰੀ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਪ੍ਰੈਲ ਨੂੰ ਨਵੀਂ ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਵਿੱਚ ਪ੍ਰੀਖਿਆ ਵਿਚਾਰ ਚਾ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਮਾਪਿਆਂ ਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਉਹਨਾਂ ਨਾਲ ਤਣਾਅ ਮੁਕਤ ਪ੍ਰੀਖਿਆਵਾਂ ਬਾਰੇ ਚਰਚਾ ਕਰਨਗੇ। ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਵਿਦਿਆਰਥੀਆਂ ਮਾਪਿਆਂ ਤੇ ਟੀਚਰਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਪ੍ਰੀਖਿਆ ਵਿਚਾਰ ਚਾ ਆਪਸੀ ਗੱਲਬਾਤ ਦਾ ਪ੍ਰੋਗਰਾਮ ਹੈ ਜਿਸ ਵਿੱਚ ਦੇਸ਼ ਤੇ ਵਿਦੇਸ਼ ਦੇ ਵਿਦਿਆਰਥੀ ਮਾਪੇ ਅਤੇ ਟੀਚਰ ਪ੍ਰਧਾਨ ਮੰਤਰੀ ਨਾਲ ਪ੍ਰੀਖਿਆ ਦੇ ਤਣਾਅ ਤੋਂ ਉਬਰਣ ਅਤੇ ਜੀਵਨ ਨੂੰ ਇੱਕ ਉਤਸਵ ਵਜੋਂ ਮਨਾਉਣ ਬਾਰੇ ਗੱਲਬਾ ਇਸ ਪ੍ਰੋਗਰਾਮ ਲਈ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਮਾਪਿਆਂ ਅਤੇ ਟੀਚਰਾਂ ਦੀ ਚੋਣ ਆਨਲਾਈਨ ਮੁਕਾਬਲੇ ਰਾਹੀਂ ਕੀਤੀ ਜਾਂਦੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ 2014 ਮਕਰੂੜ ਰੱਖਿਆ ਖੇਤਰ ਵਿੱਚ ਦੇਸ਼ ਵਿੱਚ ਕੁੱਲ 3343 ਕਰੋੜ ਰੁਪਏ ਦੀ ਸਿੱਧੀ ਵਿਦੇਸ਼ੀ ਪੂੰਜੀਕਾਰੀ ਹੋਈ ਹੈ। ਰਾਜ ਸਭਾ ਵਿੱਚ ਅੱਜ ਇੱਕ ਲਿਖਤ ਜਵਾਬ ਦੇ ਸਵਾਲ ਵਿੱਚ ਉਹਨਾਂ ਇਹ ਜਾਣਕਾਰੀ ਦਿੱਤੀ। ਰਾਜਨਤ ਸਿੰਘ ਨੇ ਕਿਹਾ ਕਿ 2001 ਤੋਂ 2014 ਦੌਰਾਨ ਤਕਰੀਬਨ 1382 ਕਰੋੜ ਰੁਪਏ ਦੀ ਸਿੱਧੀ ਵਿਦੇਸ਼ੀ ਪੂੰਜੀਕਾਰੀ ਹੋਈ ਸੀ। ਉਹਨੇ ਕਿਹਾ ਕਿ ਸਰਕਾਰ ਨੇ 2020 ਵਿੱਚ ਐਫਡੀਆਈ ਨੀਤੀ ਨੂੰ ਉਦਾਰ ਬਣਾਇਆ ਤੇ 74% ਐਫਡੀਆਈ ਨੂੰ ਖੁਦ ਰਾਹੀਂ ਅਤੇ 74% ਤੋਂ ਬਾਅਦ ਤੋਂ ਲੈ ਕੇ 100% ਐਫਡੀਆਈ ਨੂੰ ਸਰਕਾਰ ਰਾਹੀਂ ਇਜਾਜ਼ਤ ਦਿੱਤੀ ਗਈ। ਰੱਖਿਆ ਮੰਤਰੀ ਨੇ ਕਿਹਾ ਕਿ ਇੱਕ ਕਦਮ ਰੱਖਿਆ ਖੇਤਰ ਨੂੰ ਹੋਰ ਮਜ਼ਬੂਤੀ ਦੇਣ ਅਤੇ ਆਧੁਨਿਕ ਟੈਕਨੋਲੋਜੀ ਮੁਹੱਈਆ ਕਰਾਉਣ ਲਈ ਲਿਆ ਗਿਆ ਸੀ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਦੁਬਈ ਵਿੱਚ ਦੁਬਈ ਸੈਰ ਸਪਾਟਾ ਤੇ ਵਰਨਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਇਸਾਮ ਕਾਜਿਮ ਨਾਲ ਇੱਕ ਮੀਟਿੰਗ ਕੀਤੀ। ਇਸ ਵਿੱਚ ਸੈਰ ਸਪਾਟਾ ਤੇ ਮੀਡੀਆ ਦੇ ਮਨੋਰੰਜਨ ਖੇਤਰਾ ਬਾਰੇ ਚਰਚਾ ਕੀਤੀ ਗਈ। ਅਨੁਰਾਗ ਸਿੰਘ ਠਾਕੁਰ ਨੇ ਕੱਲ ਦੁਬਈ ਏਕਸਪੋ ਦੌਰਾਨ ਅਮੀਰਾਤ ਵਿੱਚ ਨੌਕਰੀ ਤੇ ਹੁਨਰ ਲਈ ਟ੍ਰੇਨਿੰਗ ਤੇਜਸ ਪ੍ਰੋਜੈਕਟ ਦਾ ਸ਼ੁਭ ਆਰੰਭ ਕੀਤਾ ਸੀ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਮੰਤਵ ਭਾਰਤੀਆਂ ਨੂੰ ਹੁਨਰ ਪ੍ਰਦਾਨ ਕਰਨਾ, ਸਰਟੀਫਿਕੇਸ਼ਨ ਅਤੇ ਵਿਦੇਸ਼ਾਂ ਦੇ ਵਿੱਚ ਰੋਜ਼ਗਾਰ ਦੇ ਮੌਕੇ ਉਪਲਬਧ ਕਰਾਉਣਾ ਹੈ। अरविंद सिंह ठाकुर ਨੇ ਸੰਯੁਕਤ ਅਰਬ ਅਮੀਰਾ ਦੇ ਕੋ ਮੰਤਰੀ ਸਹਿਯੋਗ ਰਾਜਪ트ਰੀ ਰੀਮਲ ਹਾਸ਼ਮੀ ਨਾਲ ਦੀਪ ਚਰਚਾ ਕੀਤੀ। ਉਹਨਾਂ ਫਿਲਮ ਅਤੇ ਮਨੋਰੰਜਨ ਉਦਯੋਗ ਦੇ ਮੁਖੀਆਂ ਨਾਲ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਪੂੰਜੀਕਾਰੀ ਦੇ ਮੌਕੇ ਬਾਰੇ ਗੱਲਬਾਤ ਕੀਤੀ। ਕਿਰਤ ਅਤੇ ਰੋਜ਼ਗਾਰ ਰਾਜਪ트ਰੀ ਰਾਮੇਸ਼ਵਰ ਤੇਲੀ ਨੇ ਕਿਹਾ ਹੈ ਕਿ ईपीएफ ਤਹਿਤ ਕੰਟਰੀਬਿਊਸ਼ਨ ਨੂੰ ਵਧਾਉਣ ਦੀ ਕੋਈ ਤਜਵੀਜ਼ ਨਹੀਂ ਹੈ। ਲੋਕ ਸਭਾ ਵਿੱਚ ਇੱਕ ਲਿਖਤ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ ਕੋਲ ਦਾਅਵਿਆਂ ਦੀ ਪ੍ਰੋਸੈਸਿੰਗ ਅਤੇ ਨਿਪਟਾਰਨ ਦਾ ਆਨਲਾਈਨ ਤੇ ਪਾਰਦਰਸ਼ੀ ਤੰਤਰ ਹੈ। ਇਸ ਦੀ ਲਗਾਤਾਰ ਉੱਚ ਪੱਧਰ ਤੇ ਨਿਗਰਾਨੀ ਕੀਤੀ ਜਾਂਦੀ ਹੈ। ਰਮੇਸ਼ਵਰ ਤੇਲੀ ਨੇ ਕਿਹਾ ਕਿ ਚਾਲੂ ਮਾਲੀ ਵਰੇ ਵਿੱਚ 22 ਮਾਰਚ ਤੱਕ 51540000 ਤੋਂ ਵੱਧ EPF ਦਾਅਵਿਆਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਸੈਰਸਪਟਾ ਉਦਯੋਗ ਨੇ ਵਪਾਰਕ ਕੋ ਮੰਤਰੀ ਉੜਾਨਾ ਮੁਰਤੋ ਸ਼ੁਰੂ ਕਰਨ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਸਰਕਾਰ ਨੇ 2 ਸਾਲ ਦੇ ਵਕਫੇ ਮਗਰੋਂ ਭਾਰਤ ਤੋਂ ਆਉਣ ਜਾਣ ਵਾਲੀਆਂ ਸੈਰ ਵਿਪਾਰਕ ਕੂਮੰਤਰੀ ਉਡਾਣਾਂ ਕੱਲ ਤੋਂ ਸ਼ੁਰੂ ਕਰ ਦਿੱਤੀਆਂ ਨੇ ਸ਼ਹਿਰੀ ਹਵਾ ਬਾਜ਼ੀ ਡਾਇਰੈਕਟੋਰੇਟ ਨੇ ਕੋਵਿਡ ਮਹਾਮਾਰੀ ਦੇ ਚੱਲਦਿਆਂ 23 ਮਾਰਚ 2020 ਨੂੰ ਕੂਮੰਤਰੀ ਵਿਪਾਰਕ ਉਡਾਣਾਂ ਤੇ ਰੋਕ ਲਗਾ ਦਿੱਤੀ ਸੀ ਭਾਰਤੀ ਟੂਰ ਆਪਰੇਟਰ ਸੰਘ ਦੇ ਪ੍ਰਧਾਨ ਰਾਜੀਵ ਮਹਿਰਾ ਨੇ ਕਿਹਾ ਕਿ ਇਸ ਨਾਲ ਭਾਰਤ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਅਤੇ ਕੋਵਿਡ ਕਾਰਨ ਪ੍ਰਭਾਵਿਤ ਸੈਰ ਸਪਾਟਾ ਸੰਤ ਵਿੱਚ ਇਸ ਨਾਲ ਸਤੰਬਰ ਤੋਂ ਤੇਜ਼ੀ ਆਉਣ ਦੀ ਆਸ ਹੈ ਸਤੰਬਰ ਤੋਂ ਹੀ ਸੈਰ ਸਪਾਟਾ ਮੌਸਮ ਸ਼ੁਰੂ ਹੁੰਦਾ ਹੈ सालाना अमरनाथ यात्रा सारे कोविड मानक नीह जून तो शुरू होगी श्री अमरनाथ श्राइन बोर्ड के प्रधान जम्मू कश्मीर के उपराज्यपाल मनोज सिन्हा ने दसिया कि यात्रा लिए ऑनलाइन रजिस्ट्रेशन ग्यारह अप्रैल शुरू हो जाएगी ਉਨੇ ਕਿਹਾ ਕਿ 43 ਦਿਨ ਚੱਲਣ ਵਾਲੀ ਇਹ ਯਾਤਰਾ 11 ਅਗਸਤ ਨੂੰ ਖਤਮ ਹੋਵੇਗੀ ਇਹ ਯਾਤਰਾ ਤੋਂ ਰਸਤੇ ਆ ਪਹਿਲਗਾਮ ਅਤੇ ਬਲਟਾਲ ਤੋਂ ਇਕੱਠੀ ਸ਼ੁਰੂ ਕੀਤੀ ਜਾਵੇਗੀ ਹੈਲੀਕਾਪਟਰ ਰਾਹੀਂ ਜਾਣ ਵਾਲੇ ਸ਼ਰਦਾਲੂਆਂ ਤੋਂ ਇਲਾਵਾ ਰੋਜ਼ਾਨਾ ਸਿਰਫ 10000 ਸ਼ਰਦਾਲੂਆਂ ਨੂੰ ਜਾਣ ਦੀ ਇਜਾਜ਼ਤ ਮਿਲੇਗੀ ਸਰਕਾਰ ਵੱਲੋਂ ਸ਼ਰਦਾਲੂਆਂ ਦੀ ਆਵਾਜਾਈ ਤੇ ਨਜ਼ਰ ਰੱਖਣ ਲਈ ਆਰ ਐਫ ਆਈ ਡੀ ਸਿਸਟਮ ਸ਼ੁਰੂ ਕੀਤਾ ਜਾਵੇਗਾ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਸੂਬੇ ਦੇ ਟੈਕਸ ਡਿਫਾਲਟਰ ਬੱਸ ਆਪਰੇਟਰਾਂ ਨੂੰ ਆਪਣਾ ਟੈਕਸ ਛੇਤੀ ਤੋਂ ਛੇਤੀ ਜਮ੍ਹਾਂ ਕਰਾਉਣ ਦੀ ਹਦਾਇਤ ਕੀਤੀ ਹੈ। ਚੰਡੀਗੜ੍ਹ ਵਿੱਚ ਅੱਜ ਇੱਕ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਅਜਿਹੇ ਨਾਕਰਨ ਦੇ ਸੂਰਤ ਵਿੱਚ ਨਵੀਂ ਬੱਸ ਸਮਾਜ ਸਾਰਣੀ ਵਿੱਚ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ ਤੇ ਪਰਮਿਟ ਵੀ ਰਾਤ ਕਰ ਦਿੱਤਾ ਜਾਵੇਗਾ। ਉਨਾ ਅਧਿਕਾਰੀਆਂ ਨੂੰ ਵਿਭਾਗ ਦੀ ਆਮਦਨ ਵਧਾਉਣ ਵੱਲ ਖਾਸ ਧਿਆਨ ਦੇਣ ਲਈ ਆਖਿਆ ਤਾਂ ਜੋ ਪੀਆਟਸੀ ਪੰਜਾਬ ਰੋਡਵੇਜ ਅਤੇ ਪੰਬਸ ਨੂੰ ਮੂੜ ਬੁਲੰਦੀਆਂ ਤੇ ਪਹੁੰਚਾਇਆ ਜਾ ਸਕੇ ਲਾਲਜਿਤ ਸਿੰਘ ਪੁੱਲਰ ਨੇ ਟ੍ਰਾਂਸਪੋਰਟ ਵਿਭਾਗ ਦੇ ਕੰਮਕਾਜ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਅਤੇ ਲੋਕਾਂ ਨੂੰ ਸਮਾਪਾਤਰਕੇ ਨਾਲ ਸੇਵਾਵਾਂ ਦੇਣ ਦੇ ਮੰਤਵ ਲਈ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਦਫ਼ਤਰਾਂ ਵਿੱਚ ਹਾਜ਼ਰੀ ਯਕੀਨੀ ਬਣਾਉਣ ਵਾਸਤੇ ਬਾਇਓਮੈਟ੍ਰਿਕ ਹਾਜ਼ਰੀ ਸਿਸਟਮ ਸ਼ੁਰੂ ਕਰਨ ਦੀ ਆਖਿਆ ਭਾਜਪਾ ਜਨਤਾ ਪਾਰਟੀ ਹਿਮਾਚਲ ਪ੍ਰਦੇਸ਼ ਮਾਮਲੇ ਦੇ ਇੰਚਾਰਜ ਅਵਿਨਾਸ਼ ਰਾਖੰਨਾ ਨੇ ਆਦਮਪੁਰ 에ਰਪੋਰਟ ਤੋਂ ਹਵਾਈ ਸੇਵਾਵਾਂ ਛੇਤੀ ਬਹਾਲ ਕੀਤੀ ਜਾਂਦੀ ਅਪੀਲ ਕਰਦਿਆਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀ ਰਾ ਦਿੱਤਿਆ ਸਿੰਧਿਆ ਨੂੰ ਇੱਕ ਖੱਤ ਲਿਖਿਆ ਹੈ ਨਾਲ ਹੀ ਉਹਨਾਂ ਸਰਦਕਾਰ ਅਮ੍ਰਿਤਸਰ ਮਿੱਤਲਵਲੋਂ ਇਸ ਬਾਰੇ ਲਿਖੇ ਇੱਕ ਖੱਤ ਨੂੰ ਵੀ ਕੇਂਦਰੀ ਮੰਤਰੀ ਨੂੰ ਭੇਜਾਇਆ ਅਵਿਨਾਸ਼ ਰਾਖੰਨਾ ਨੇ ਕਿਹਾ ਕਿ ਕੋਰੋਨਾ ਕਾਰਨ ਆਦਮਪੁਰ 에ਰਪੋਰਟ ਤੇ ਹਵਾਈ ਸੇਵਾਵਾਂ ਵਿੱਚ ਮੁਲਤਵੀ ਕੀਤੀਆਂ ਗਈਆਂ ਸਨ ਪਰ ਹੁਣ ਇਹਨਾਂ ਸੇਵਾਵਾਂ ਨੂੰ ਛੇਤੀ ਬਹਾਲ ਕਰਕੇ ਲੋਕਾਂ ਨੂੰ ਸਹੂਲਤ ਦਿੱਤੀ ਜਾਵੇ ਪੰਜਾਬ ਦੇ ਸਾਰੇ ਪਿੰਡਾਂ ਵਿੱਚ 26 ਜੂਨ ਨੂੰ ਗ੍ਰਾਮ ਸਭਾ ਦੇ ਇਜਲਾਸ ਕਰਵਾਏ ਜਾਣਗੇ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੇਵ ਸਿੰਘ ਕਾਲੀਵਾਲ ਨੇ ਅੱਜ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਅਧਿਕਾਰੀਆਂ ਨੂੰ ਇਸ ਇਜਲਾਸ ਲਈ ਸਾਰੇ ਪ੍ਰਬੰਧ ਪੂਕਟਾ ਕਰਨ ਦੇ ਹੁਕਮ ਦਿੱਤੇ ਅਤੇ ਕਿਹਾ ਕਿ ਗ੍ਰਾਮ ਸਭਾ ਪਿੰਡੂ ਵਿਕਾਸ ਦਾ ਸਭ ਤੋਂ ਮਜ਼ਬੂਤ ਥਾਵੇਂ ਜਿਸ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਗ੍ਰਾਮ ਸਭਾ ਦੇ ਇਜਲਾਸ ਵਿੱਚ ਲੋਕਾਂ ਦੀ ਬਾਤ ਤੋਂ ਬਾਤ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਪਿੰਡਾਂ ਵਿੱਚ ਵੱਖ-ਵੱਖ ਪ੍ਰਚਾਰ ਮਾਧਿਮਾਂ ਰਾਹੀਂ ਗ੍ਰਾਮ ਸਭਾਵਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਮੁਹਿੰਮ ਚਲਾਉਣ ਦੀ ਸਲਾਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਨਿਗਰਾਨ ਕਮੇਟੀ ਦੇ ਚੇਅਰਮੈਨ ਸਿਵਾ ਮੁਕਤ ਜਸਟਿਸ ਜਸਪੀਰ ਸਿੰਘ ਦੀ ਅਗਵਾਈ ਵਿੱਚ ਕਮੇਟੀ ਮੈਂਬਰਾਂ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਦੌਰਾ ਕੀਤਾ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਠੋਸ ਰਹਿਣ ਕੋਨ ਪ੍ਰਬੰਧਨ ਪ੍ਰੋਜੈਕਟ ਸਿਵਰੇਜ ਟ੍ਰੀਟਮੈਂਟ ਪਲਾਂਟ ਅਤੇ ਵਾਤਾਵਰਣ ਸੁਰੱਖਿਆ ਨਾਲ ਜੁੜੇ ਹੋਰ ਕੰਮਾਂ ਨੂੰ ਮਿੱਥੇ ਸਮੇਂ ਵਿੱਚ ਪੂਰਾ ਕਰਨ ਲਈ ਯਕੀਨੀ ਕਰਨ ਲਈ ਆਖਿਆ ਜਸਟਿਸ ਜਸਪੀਰ ਸਿੰਘ ਨੇ ਕਿਹਾ ਕਿ ਅਧਿਕਾਰੀ ਜ਼ਿਲ੍ਹਾ ਪਲਾਨ ਵਕ-ਵਕ ਪ੍ਰੋਜੈਕਟਾਂ ਨੂੰ ਲਾਗੂ ਕਰਨ ਬਾਰੇ ਡੀਪੀਆਰ ਬਣਾਓ ਲਾਗੂ ਹੋਣ ਦੀ ਨੀਤੀ ਅਤੇ ਮੁਕੰਮਲ ਹੋਣ ਸਮੇਤ ਪ੍ਰੋਜੈਕਟਾਂ ਦੇ ਹਰ ਹਿੱਸੇ ਦੀ ਸਮਾਸੀਮਾ ਤੈਅ ਕਰਨ। ਉਨ੍ਹਾਂ ਕਿਹਾ ਕਿ ਕਮੇਟੀ ਮੈਂਬਰ ਵਕਫਾਕ ਸਾਈਟਾਂ ਦਾ ਦੌਰਾ ਕਰਕੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਜਾਂਚ ਵੀ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਈ-ਕੂੜਾ ਇਕੱਠਾ ਕਰਨ ਵਾਲੇ ਕੇਂਦਰਾਂ ਦੀ ਨਿਸ਼ਾਨਦੇਹੀ ਕਰਨ ਦੀ ਸਲਾਹ ਦਿੱਤੀ ਤਾਂ ਜੋ ਲੋਕ ਉਥੇ ਈ-ਕੂੜਾ ਡੰਪ ਕਰ ਸਕਣ। ਇਸ ਮੌਕੇ ਕਮੇਟੀ ਦੇ ਮੈਂਬਰ ਸਾਪਕਾ ਮੁਖ ਸਕੱਤਰ ਐਸੀ ਅਗਰਵਾਲ, ਸੰਤ巴巴ਸੀ ਚਿਚਵਾਲ ਅਤੇ ਬਾਬੂ ਰਾਮ ਵੀ ਹਾਜ਼ਰ ਸਨ। ਪਾਰਟੀ ਰਿਜ਼ਰਵ ਬੈਂਕ ਨੇ ਪੰਜਾਬ ਲਈ ਹਾੜੀ ਮੰਡੀਕਰਨ ਸੀਜ਼ਨ 2022 ਵਾਸਤੇ 24773 ਕਰੋੜ 11 ਲੱਖ ਰੁਪਏ ਨਕਦ ਕਰਜ਼ਾ ਹਦ ਮੰਜ਼ੂਰ ਕੀਤੀ ਹੈ ਸਮੇ ਸਿਰ ਸੀਸੀਐਲ ਜਾਰੀ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦਾ ਤਾਂਵਾਦ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਸ ਨਾਲ ਮੌਜੂਦਾ ਹਾੜੀ ਸੀਜ਼ਨ ਦੌਰਾਨ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇਗਾ ਸੂਬਾ ਸਰਕਾਰ ਵੱਲੋਂ ਇਸ ਸੀਜ਼ਨ ਦੌਰਾਨ 132 ਲੱਖ ਟਨ ਕਣਕ ਦੀ ਖਰੀਦ ਕੀਤੀ ਜਾਣ ਦੀ ਸੰਭਾਵਨਾ ਹੈ ਇਖਰੀਦ 1 April ਤੋਂ ਸ਼ੁਰੂ ਹੋ ਕੇ 31 May ਤੱਕ ਚੱਲੇਗੀ। ਆਜ਼ਾਦੀ ਕਾਮ੍ਰਿਤ ਮਹੋਸਤ ਤਹਿਤ ਫੌਜ ਦੀ वजਰਾ ਕੋਰ ਵੱਲੋਂ ਅੰਮ੍ਰਿਤਸਰ ਵਿੱਚ ਆਯੋਜਿਤ ਦੋ ਦਿਨਾ ਪ੍ਰਦਰਸ਼ਨੀ ਅੱਜ ਖਤਮ ਹੋਈ। ਇਸ ਪ੍ਰਦਰਸ਼ਨੀ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਨੇ ਵੇਖਿਆ। ਇਸ ਦੌਰਾਨ ਬੈਂਡ ਡਿਸਪਲੇ ਅਤੇ ਦੇਸ਼ ਭਗਤੀ ਦੇ ਗੀਤਾਂ ਦੀ ਸ਼ਾਨਦਾਰ ਪੇਸ਼ਕਾਰੀ ਨੇ ਲੋਕਾਂ ਦਾ ਮਨ ਮੋਹ ਲਿਆ। ਇਹ ਆਯੋਜਨ ਸੇਵਾ ਰਤ ਕੌਟਿਆਂ ਨੂੰ ਸਨਮਾਨ ਦੇ ਅਤਿ ਦੇਸ਼ ਖਾਤਰ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਨ ਲਈ ਆਯੋਜਿਤ ਕੀਤਾ ਗਿਆ ਇਸ ਆਯੋਜਨ ਦੇ ਪਹਿਲੇ ਦਿਨ ਵਜਰਾਕੋੜ ਦੇ ਚੀਫ ਆਫ ਸਟਾਫ ਮੇਜਰ ਜਨਰਲ ਸੰਜੇ ਮੈਣੀ ਨੇ ਆਮ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਵਿੱਚ ਬਿਹਤਰ ਅਹਿਮ ਨੇ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਨੇ ਪਦਮ ਸ਼੍ਰੀ ਨਾਨਾ ਪਟਕਰ ਅਤੇ ਵਧੀਕ ਡਾਇਰੈਕਟਰ ਜਨਰਲ ਪੀ ਵੀ ਰਾਮਾ ਸ਼ਾਸਤਰੀ ਨਾਲ ਅੰਮ੍ਰਿਤਸਰ ਸੈਕਟਰ ਦੀ ਪੁਲ ਮੂਰਾ ਬੀਯੂਪੀ ਦਾ ਦੌਰਾ ਕੀਤਾ ਅਤੇ ਆਪਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲਿਆ ਬੀਐਸਐਫ ਦੀ 22ਵੀਂ ਬਟਾਲੀਅਨ ਦੇ ਕਮਾਂਡੈਂਟ ਨੇ ਉਹਨਾਂ ਨੂੰ ਸਰਹੱਦ ਤੇ ਕਿਤੇ ਪ੍ਰਬੰਧਾਂ ਦੀ ਤਿਆਰੀ ਸੰਬੰਧੀ ਜਾਣਕਾਰੀ ਦਿੱਤੀ ਇਸ ਮੌਕੇ ਪੰਕਜ ਕੁਮਾਰ ਸਿੰਘ ਅਤੇ ਹੋਰਾਂ ਨੇ ਬੀਐਸਐਫ ਦੀ ਟੀਮ ਅਤੇ ਬੀਡੀਐਸ ਸਪੋਰਟਸ ਕਲੱਬ ਅਮ੍ਰਿਤਸਰ ਦੀ ਟੀਮ ਬਚਾੜੇ ਹੋਏ ਕਬੱਡੀ ਮੈਚ ਨੂੰ ਵੀ ਵੇਖਿਆ ਉਹਨਾਂ ਦੋਹਾਂ ਟੀਮਾਂ ਵੱਲੋਂ ਵਿਖਾਏ ਖੇਡ ਦੀ ਸ਼ਲਾਘਾ ਕੀਤੀ ਅਤੇ 25-25000 ਰੁਪਏ ਦਾ ਪੁਰਸਕਾਰ ਦਿੱਤਾ ਪਦਮਸ਼੍ਰੀ ਨਾਨਾ ਪਾਟਿਕਰ ਨੇ ਸਰਹੱਦੀ ਇਲਾਕਿਆਂ ਦੇ ਲੋਕਾਂ ਨਾਲ ਗਲਪਾਤ ਕੀਤੀ। ਸ਼ਹੀਦ ਆਜ਼ਮ ਭਗਤ ਸਿੰਘ ਤੇ ਵਿਸ਼ਵ ਰੰਗਮਾਚ ਦਿਵਸ ਨੂੰ ਸਮਰਪਿਤ ਤਿੰਨ ਦਿਨਾ ਰਾਜਪਦਰੀ ਨਾਟ ਉਤਸਵ ਬੀਤੀ ਸ਼ਾਮ ਬਠਿੰਡਾ ਵਿਖੇ ਸਮਾਪਤ ਹੋਇਆ। ਇਸ ਨਾਟ ਉਤਸਵ ਵਿੱਚ ਆਮ ਲੋਕਾਂ ਦੇ ਜੀਵਨ ਨੂੰ ਨਾਟਕਾਂ ਜ਼ਰੀਏ ਦਰਸਾਉਂਦਿਆਂ ਕਲਾਕਾਰਾਂ ਨੇ ਮਾਨਸਿਕ ਤੇ ਸਰੀਰਕ ਸ਼ੋਸ਼ਣ ਦੀ ਤਸਵੀਰ ਦਰਸ਼ਕਾਂ ਸਾਹਮਣੇ ਪੇਸ਼ ਕੀਤੀ। ਆਖਰੀ ਦਿਨ ਪਾਲੀ ਪੁਪਿੰਦਰ ਵੱਲੋਂ ਲਿਖਿਆ ਨਾਟਕ ਮੈਂ ਭਗਤ ਸਿੰਘ ਖੇਡਿਆ ਗਿਆ ਇਸ ਰਾਹੀਂ ਸਮਾਜ ਦੀ ਤਸਵੀਰ ਪੇਸ਼ ਕੀਤੀ ਗਈ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿਲਬੀ ਇਸ ਨਾਟਕ ਨੂੰ ਵੇਖਣ ਲਈ ਉਤਸ਼ਾਹਜੋਤਰ ਤੇ ਪਹੁੰਚੇ ਉਹਨਾਂ ਨੇ ਕਿਹਾ ਕਿ ਨਾਟਕ ਸਮਾਜ ਨੂੰ ਜਾਗਰੂਕ ਕਰਨ ਦਾ ਕੰਮ ਕਰਦੇ ਨੇ ਬਾਰਡਰ ਏਰੀਆ ਡਿਵੈਲਪਮੈਂਟ ਫੰਡ ਤਹਿਤ ਫਾਜ਼ਿਲਕਾ ਜ਼ਿਲ੍ਹੇ ਨੂੰ ਦੋ ਐਂਬੂਲੈਂਸ ਮੁਹੱਈਆ ਕਰਵਾਈਆਂ ਗਈਆਂ ਨੇ ਇਹਨਾਂ ਨੂੰ ਫਾਜ਼ਿਲਕਾ ਦੇ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋਂ ਅਤੇ ਹੋਰਨਾਂ ਨੇ ਅੱਜ ਛੰਡੀ ਵਿਖਾ ਕੇ ਰਵਾਨਾ ਕੀਤਾ ਇੱਕ ਐਂਬੂਲੈਂਸ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਤੇ ਦੂਜੀ ਸਿਵਲ ਹਸਪਤਾਲ ਬੋਹਰ ਵਿਖੇ ਭੇਜੀ ਗਈ ਏ ਐਂਬੂਲੈਂਸ ਵੈਨਾ ਪੂਰੀ ਤਰ੍ਹਾਂ ਮੁੜਲੀਆਂ ਜ਼ਰੂਰਤਾਂ ਵਾਲੇ ਸਮਾਨ ਨਾਲ ਲੈਸ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲੇ ਮਾਈਨਿੰਗ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਦੀਆਂ ਸਾਰੀਆਂ ਮਾਈਨਿੰਗ ਥਾਵਾਂ ਦੇ ਮਿੰਤੀ ਦਾ ਕੰਮ ਡੀਜੀਪੀਐਸ ਰਾਹੀ ਕਰਨ ਦੇ ਹੁਕਮ ਦਿੱਤੇ ਨੇ ਤਾਂ ਜੋ ਕਾਨੂੰਨੀ ਮਾਈਨਿੰਗ ਕੰਮ ਵਿੱਚ ਕੋਈ ਰੁਕਾਵਟ ਨਾ ਆਵੇ ਨਮਾਸ਼ੇਰ ਵਿੱਚ ਅਜਵਾਕ ਵਕ ਮੈਕਮੇਦ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਹਰੇਕ ਕਾਨੂੰਨੀ ਮਾਈਨਿੰਗ ਵਾਲੀ ਥਾਂ ਤੇ ਇੱਕ ਜੂਨੀਅਰ ਇੰਜੀਨੀਅਰ ਰੈਂਕ ਦਾ ਅਧਿਕਾਰੀ ਨਿਗਰਾਨੀ ਲਈ ਤਾਇਨਾਤ ਕੀਤਾ ਜਾਵੇਗਾ ਤੇ ਹਰੇਕ ਟੇਕੇਦਾਰ ਵੱਲੋਂ ਪੂਰੀ ਸਮਰੱਥਾ ਨਾਲ ਕੰਮ ਕਰਨਾ ਯਕੀਨੀ ਬਣਾਇਆ ਜਾਵੇਗਾ। ਵਿਸ਼ੇਸ਼ ਸਰੰਗਲ ਨੇ ਅਧਿਕਾਰੀਆਂ ਨੂੰ ਯਕੀਨੀ ਬਣਾਉਣ ਲਈ ਆਖਿਆ ਕਿ ਕਾਨੂੰਨੀ ਮਾਈਨਿੰਗ ਕੰਮ ਪ੍ਰਭਾਵਿਤ ਨਾ ਹੋਵੇ ਤਾਂ ਜੋ ਆਮ ਲੋਕਾਂ ਨੂੰ ਸਸਤੇ ਰੇਟ ਤੇ ਰੇਤ ਲੈਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਪ੍ਰਤੀ ਅਧਿਕਾਰੀਆਂ ਨੂੰ ਜ਼ੀਰੋ ਟੋਲਰੈਂਸ ਆਪਣੋਂ ਦੀ ਹਦਾਇਤ ਵੀ ਕੀਤੀ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਵੇਖ ਸਕਦੇ ਨੇ ਬੁਲੇਟਿਨ ਦੇ ਅਖੀਰ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪੈਣ ਸક્ષੇਤਾ ਨੂੰ ਪਦਮ ਪੁਰਸਕਾਰਾਂ ਨਾਲ ਨਵਾਜਿਆ ਅੰਮ੍ਰਿਤਸਰ ਦੇ ਡਾਕਟਰ ਪ੍ਰੋਫੈਸਰ ਹਰਮੋਹਿੰਦਰ ਸਿੰਘ 베ਦੀ ਪਦਮ ਸ਼੍ਰੀ ਨਾਲ ਸਨਮਾਨਿਤ ਰੱਖਿਆ ਮੰਤਰੀ ਰਾਜਨਾਥ ਸਿੰਘ ਅਨੁਸਾਰ 2014 ਮਗਰੋਂ ਰੱਖਿਆ ਖੇਤਰ ਵਿੱਚ ਕੁੱਲ 3343 ਕਰੋੜ ਰੁਪਏ ਦੀ ਸਿੱਧੀ ਵਿਦੇਸ਼ੀ ਪੂੰਜੀਕਾਰੀ ਹੋਈ ਹੈ। ਬੀਜੇਪੀ ਦੇ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ ਨੇ ਆਦਮਪੁਰ 에ਅਰਪੋਰਟ ਤੇ ਹਵਾਈ ਸੇਵਾਵਾਂ ਦੀ ਬਹਾਲੀ ਲਈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਲਿਖਿਆ ਖਤ। ਭਾਰਤੀ ਰਿਜ਼ਰਵ ਬੈਂਕ ਵੱਲੋਂ ਪੰਜਾਬ ਲਈ ਹਾੜੀ ਮੰਡੀਕਰਨ ਸੀਜ਼ਨ ਵਾਸਤੇ 24773 ਕਰੋੜ 11 ਲੱਖ ਰੁਪਏ ਦੀ ਨਕਦ ਕਰਜ਼ਾ ਹੱਦ ਮਨਜ਼ੂਰ। ਸਨਾਲੀ ਖਬਰਾਂ ਦਾ ਇਹ ਬਲੇਟਨ ਖਤਮ ਹੋਇਆ ਤੇ ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਹੀ ਆ ਤੁਸੀਂ ਵੀ ਬਾਹਰ ਜਾਣ ਲੱਗਿਆ ਮਾਸਕ ਲਗਾਣਾ ਬਿਲਕੁਲ ਨਾ ਭੁੱਲੋ ਇਜਾਜ਼ਤ ਦਿਓ ਨਮਸਕਾਰ